ਤੁਸੀਂ ਦੇਖ ਸਕਦੇ ਹੋ ਜਿਹੜਾ ਹੈਗਾ ਕਿਸਾਨ ਜਥੇਬੰਦੀ ਅਤੇ ਜਿਹੜਾ ਹੈਗਾ ਪੰਜਾਬ ਪੁਲਿਸ ਵਾਲੇ ਝੜਪ ਹੋਈ ਸੀ, ਜਿਹਦੇ ਵਿੱਚ ਇੱਟਾਂ ਰੋੜੇ ਕਾਫੀ ਚੱਲੇ, ਜਿਹਦੇ ਵਿੱਚ ਕਾਫੀ ਜਿਹੜੀਆਂ ਹੈਗੀਆਂ ਗੱਡੀਆਂ ਦੀ ਭੰਨ ਤੋੜ ਜਿਹੜੀ ਹੋਈ ਆ, ਕਾਫੀ ਨੁਕਸਾਨ ਦੇਖਣ ਨੂੰ ਮਿਲਿਆ। ਕਾਫੀ ਜਿਹੜੇ ਪੰਜਾਬ ਪੁਲਿਸ ਦੇ ਨੌਜਵਾਨ ਵੀ ਜਿਹੜੇ ਕਈਆਂ ਦੇ ਸੱਟਾਂ ਲੱਗੀਆਂ ਹੈਗੀਆਂ, ਰੋੜੇ ਲੱਗੇ ਅਤੇ ਕਈ ਜਿਹੜੇ ਹੈਗੇ ਕਿਸਾਨ ਆਗੂਆਂ ਦੇ ਵੀ ਕਾਫੀ ਸੱਟਾਂ ਜਿਹੜੀਆਂ ਹੈਗੀਆਂ ਲੱਗੀਆਂ। ਤੁਸੀਂ ਦੇਖ ਸਕਦੇ ਹੋ ਬੱਸ ਦੀ ਵੀ ਭੰਨ ਤੋੜ ਕੀਤੀ ਗਈ ਆ ਪੰਜਾਬ ਬਜ਼ੁਰਗੋ, ਦੋਨੇ ਇੱਕੋ ਜਿਹੇ ਹਰਜੋ 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 ਦੋਨੇ ਇੱਕੋ ਜਿਹੇ। ਓਏ ਚੱਲ ਚੱਲ ਗਏ ਯਾਰ, ਦੁਕਾਨ ਤੇ ਖੜੇ ਆ ਜਿਹਦੇ ਤਾਂ ਇਹਦਾ ਪਾਸੇ ਖੜੇ ਆ।
ਰੋਣਾ ਵੀ ਮਾਰਨਾ ਤਾਂ ਉਹਨੂੰ ਪੱਗ ਨਹੀਂ ਚੜੇ ਐ ਟੇਡਾ ਹੱਡਾ ਉਹ ਛੋਟੀ ਭੈਣ ਦਾ ਅੱਗੇ ਬੱਠਾ ਉਹ ਕਾਫੀ ਠੀਕ ਆ ਉਹ ਠੀਕ ਆ हेलो ओ बापू बापू हेलो ओ बापू पासे हो या हेलो देखो 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 कितना भाजी पंजाब पर आओ देखो तो मेरे लिए मार लगा दिया सिद्धू ध्यान ध्यान लगा जी ध्यान रखें इधर आ जाते ध्यान रखिए अपने Oh, yeah. ਪੰਜਾਬ ਪੁਲਿਸ ਅਤੇ ਕਿਸਾਨ ਜਥੇਬੰਦੀ ਦੀ ਜ਼ਬਰਦਸਤ ਟੱਕਰ ਹੋਈ ਆ ਜਿੱਥੇ ਕਿਸਾਨ ਜਥੇਬੰਦੀ ਕੋਈ ਹਾਵੀ ਹੋਈ ਆ ਮੋਗਾ ਮੰਡੀ ਮੋਗਾ ਦਾਣਾ ਮੰਡੀ ਇੱਧਰ ਕਿਸਾਨ ਜਥੇਬੰਦੀ ਹਾਵੀ ਉਹ ਆਪਣੇ ਆਪ ਵਿੱਚ ਫਿਰ ਇੱਧਰ ਨਾ ਰੋੜ ਆ ਜਾਏ ਨਾ